हाँ जी टीना जी जोगिंदर कौर हाँ जी एक की गल हुई सी तुहाडे हाँ जी ये साढ़े उतने दो तीन बारी बिना गेट जो खुला हुंदा है तो धक्का जिहा मार के दो बारी साढ़े घर आई है कौन आई गुरु छो क्रिश्चियन बनो अच्छा जी फिर तुसीं की किया इह गल किन्ना चिर बैठी रही फिर किन्ना चिर बाद गई है हांजी अच्छा जी इह गल करदी रही ਹੋਰ ਕੀ ਕਹਿੰਦੀ ਸੀ ਗੁਰੂਆਂ ਬਾਰੇ ਕੁਝ ਕਹਿੰਦੀ ਸੀ ਹਾਂਜੀ ਗੁਰੂਆਂ ਬਾਰੇ ਕੁਝ ਕਹਿੰਦੀ ਸੀ ਗੁਰੂਆਂ ਇਹ ਕਹਿੰਦੀ ਸੀ ਵੀ ਆਪਣੇ ਗੁਰੂ ਨੂੰ ਛੱਡੋ ਹਨਾ ਕ੍ਰਿਸਚਨ ਬਣੋ ਅੱਛਾ ਜੀ ਹਾਂਜੀ ਠੀਕ ਕੀ ਜੀ ਆਪਣਾ ਨਾਮ ਮੇਰਾ ਨਾਮ ਕੁਲਵੰਤ ਕੌਰ ਹੈ ਕਿਹੜਾ ਪਿੰਡ ਹੈ ਕੰਦੋਲਾ ਤੇ ਕੀ ਗੱਲ ਹੋਈ ਸੀ ਤੁਹਾਡਾ ਸਾਡੇ ਘਰ ਆਇਆ ਘਰ ਆ ਕੇ ਕਹਿੰਦੇ ਵੀ ਤੁਸੀਂ ਐਦਾਂ ਐਦਾਂ ਮੈਂ ਉਹਨਾਂ ਨੂੰ ਮੰਨਦੀ ਆ ਸਮੂਸੇ ਨੂੰ ਕਹਿੰਦੇ ਐਦਾਂ ਕਰੋ ਤੁਸੀਂ ਨਾ ਧਰਮ ਅਪਣਾ ਲਓ ਕੌਣ ਆਈ ਸੀ ਕੀ ਨਾਮ ਉਹਦਾ ਰਣਜੀਤ ਕੌਰ ਮਨਜੀਤ ਕੌਰ ਅੱਛਾ ਜੀ ਤੇ ਮੈਂ ਕਿਹਾ ਵੀ ਭੈਣ ਜੀ ਜੇ ਤੁਸੀਂ ਮੰਨਦੇ ਠੀਕ ਆ ਮੈਂ ਕਿਹਾ ਅਸੀਂ ਜਿਹੜੇ ਗੁਰੂਆਂ ਨੂੰ ਮੰਨਦੇ ਸੀ ਉਹਨਾਂ ਨੂੰ ਮੰਨਣਾ ਕੋਈ ਗੁਰੂ ਮਾੜਾ ਨਹੀਂ ਗਾ ਹਾਂ ਕਹਿੰਦੀ ਨਹੀਂ ਤੁਸੀਂ ਫੋਟੋਆਂ ਲੈ ਲਓ ਮੈਂ ਕਿਹਾ ਕਾਤੇ ਲਾਈਏ ਸੀ ਆਪਣੇ ਗੁਰੂਆਂ ਨੇ ਮੈਂ ਕਿਹਾ ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਫੋਟੋ ਨਹੀਂ ਲੈ ਸਕਦੇ ਮੈਂ ਕਿਹਾ ਠੀਕ ਆ ਤੁਸੀਂ ਬਹਿਣਾ ਬੈਠੋ ਨਹੀਂ ਤਾਂ ਜਾਓ ਸਾਡੇ ਕੋਲ ਅੱਛਾ ਜੀ ਤਾਂ ਮੇਰੀ ਕੁੜੀ ਸੀ ਕੋਲ ਬੈਠੀ ਉਹਨੂੰ ਮੈਨੂੰ ਉੱਠਣ ਦੇਵੇ ਮੈਂ ਕਿਹਾ ਮੇਰੀ ਕੁੜੀ ਨੇ ਸਕੂਲ ਜਾਣਾ ਆ ਵੀ ਤੁਸੀਂ ਜਾਓ ਸਾਡੇ ਘਰੋਂ ਕਹਿੰਦੀ ਨਹੀਂ ਗੱਲ ਸੁਣ ਕੁੜੀ ਨੂੰ ਵੀ ਮੈਂ ਕਿਹਾ ਨਹੀਂ ਸਾਡੇ ਇੰਨਾ ਟਾਈਮ ਨੀਗਾ ਵੀ ਤੂੰ ਜਾ ਨਹੀਂ ਤੁਸੀਂ ਸੋਚ ਲਿਓ ਮੈਂ ਕਿਹਾ ਨਹੀਂ ਅਸੀਂ ਜਿੱਥੇ ਜਾਂਦੇ ਅਸੀਂ ਉੱਥੇ ਜਾਣਾ ਕਹਿੰਦੀ ਫਲਾਨਾ ਗੁਰੂ ਨਾਨਕ ਕੀ ਹੁੰਦਾ ਗੁਰੂ ਕੀ ਹੁੰਦਾ ਕਿਹੜੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਕੀ ਹੁੰਦਾ ਮੈਂ ਕਿਹਾ ਅੱਗੇ ਤੁਸੀਂ ਮੰਨਦੇ ਸੀ ਰਵਿਦਾਸ ਨੂੰ ਹੁਣ ਕੀ ਹੋਇਆ ਤੁਹਾਨੂੰ ਕਹਿੰਦੇ ਸਾਨੂੰ ਕੀ ਦਿੱਤਾ ਉਹਨਾਂ ਨੇ ਮੈਂ ਕਿਹਾ ਕੀ ਨਹੀਂ ਦਿੱਤਾ ਦਸਾਂ ਪਾਤਸ਼ਾਹੀਆਂ ਨੇ ਮੈਂ ਕਿਹਾ ਤੁਹਾਡੇ ਨੇ ਕਿ ਤੁਸੀਂ ਕਹਿੰਦੇ ਨਾ ਸਾਡੇ ਸਰੀਰ 'ਤੇ ਉਹਨਾਂ ਨੇ ਇੱਦਾਂ ਕੀਤੀ ਸੀ ਸਾਡੇ 'ਚ ਜਾਨ ਪਾਈ ਆ ਮੈਂ ਕਿਹਾ ਸਾਡੇ ਗੁਰੂਆਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਮੈਂ ਕਿਹਾ ਤੂੰ ਚੁੱਪ ਕਰਕੇ ਸਾਡੇ ਘਰ ਚੱਲ ਜਾ ਸਾਡੇ ਘਰ ਮਨਜੀਤ ਕੌਰ ਆਈ ਸੀ ਅਤੇ ਆਣ ਕੇ ਕਹਿੰਦੀ ਸੀ ਕਿ ਤੁਸੀਂ ਕ੍ਰਿਸਚਨਾਂ ਦੇ ਜਾਇਆ ਕਰੋ ਅਤੇ ਉੱਥੇ ਜਾ ਕੇ ਆਪਣਾ ਧਰਮ ਛੱਡ ਦਿਓ ਉਹ ਧਰਮ ਅਪਣਾ ਲਓ ਮੈਂ ਤੁਹਾਨੂੰ ਪੈਸੇ ਲੈ ਕੇ ਦਊਂਗੀ ਅਤੇ ਆਪਣੀਆਂ ਫੋਟੋਆਂ ਵੀ ਬਾਹਰ ਸੁੱਟ ਦਿਓ ਅੱਛਾ ਕਿਹਨਾਂ ਦੀਆਂ ਫੋਟੋਆਂ ਬਾਹਰ ਸੁੱਟ ਦਿਓ ਜਿਹੜੀਆਂ ਸਾਡੇ ਗੁਰੂਆਂ ਦੀਆਂ ਲੱਗੀਆਂ ਆ ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਜੋ ਵੀ ਲੱਗੀਆਂ ਤੁਹਾਡੇ ਘਰ ਉਹ ਇਕੱਲੀ ਆਈ ਸੀ ਕਿ ਹੋਰ ਵੀ ਜਿੰਨੀ ਆਈ ਸੀ ਅੱਛਾ ਕਿੱਦਾਂ ਦੀ ਗੱਲ ਹੈ ਜੀ ਕਿੱਦਾਂ ਦੀ ਪਹਿਲਾਂ ਦੀ ਗੱਲ ਹੈ ਇੱਕ ਵਾਰੀ ਆਈ ਸੀ ਕਿ ਬਾਰ ਬਾਰ ਨਹੀਂ ਇੱਕ ਵਾਰੀ ਆਈ ਸੀ ਹਾਂਜੀ ਪਿੰਡ ਕੰਦੋਲਾ ਇਹ ਤਕਰੀਬਨ ਮਨਜੀਤ ਕੌਰ ਡੇਢ ਕੁ ਮਹੀਨਾ ਪਹਿਲਾਂ ਸਾਡੇ ਘਰ ਆਈ ਸੀਗੀ ਔਰ ਮੇਰੀ ਵਾਈਫ ਨੂੰ ਮਿਲੀ ਸੀਗੀ ਮੇਰੀ ਵਾਈਫ ਨੂੰ ਕਹਿੰਦੀ ਵੀ ਤੁਸੀਂ ਪ੍ਰਭੂ ਨੂੰ ਮੰਨੋ ਉਹ ਕਹਿੰਦੀ ਵੀ ਨਹੀਂ ਅਸੀਂ ਪ੍ਰਭੂ ਨੂੰ ਮੰਨਦੇ ਹਾਂ ਵੀ ਕਿਹੜੇ ਪ੍ਰਭੂ ਦੀ ਗੱਲ ਕਰਦੇ ਅਸੀਂ ਕਹਿੰਦੇ ਨਹੀਂ ਸਾਡੇ ਈਸਾ ਮਸੀਹ ਆ ਉਹ ਬਹੁਤ ਦੁੱਖਾਂ ਦਾ ਨਾਸ ਕਰਦੇ ਆ ਜੇ ਕਰਦੇ ਆ ਵੋ ਕਰਦੇ ਆ ਸਾਡੇ ਤਾਂ ਦੁੱਖ ਟੁੱਟ ਗਏ ਆ ਬੱਚੇ ਸਾਡੇ ਬਾਹਰ ਚੱਲ ਗਏ ਆ ਅਸੀਂ ਤਾਂ ਸਵਰਗਾਂ 'ਚ ਆ ਗਏ ਹਾਂ ਤੁਸੀਂ ਵੀ ਇੱਕ ਵਾਰੀ ਦੇਖੋ ਸਾਡੀ ਗੱਲ ਮੰਨੋ ਉਹ ਕਹਿੰਦੀ ਵੀ ਨਹੀਂ ਭੈਣ ਜੀ ਅਸੀਂ ਨਹੀਂ ਅਤੇ ਅਸੀਂ ਤਾਂ ਜੋ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਉਹਨੂੰ ਮੰਨਦੇ ਹਾਂ ਅਸੀਂ ਇਹ ਦੋ ਲਾਭਾਂ ਨਹੀਂ ਕਿਸੇ ਨੂੰ ਮੰਨਣਾ ਬਸ ਇੰਨੀ ਗੱਲ ਹੋਈ ਸੀਗੀ ਅਤੇ ਉਹਨੂੰ ਮਨਾ ਕਰਤਾ ਸੀ ਅਸੀਂ ਕਿ ਨਹੀਂ ਕਿੰਨੀ ਕੁ ਵਾਰ ਆਈ ਤੁਹਾਡੇ ਘਰ ਹਾਂਜੀ ਸਾਡੇ ਇੱਕ ਵਾਰੀ ਆਈ ਸੀਗੀ ਵੈਸੇ ਤਾਂ ਉਹ ਸੈਰ ਕਰਨ ਜਾਂਦੀ ਜਿੱਦਾਂ ਰੋਡ ਦੇ ਉੱਤੇ ਸਾਡਾ ਘਰ ਪਾਲੀ ਸਾਈਡ ਏਅਰਪੋਰਟ ਦੇ ਸਿਵਲ ਏਅਰਪੋਰਟ ਦੇ ਸਾਹਮਣੇ ਅਤੇ ਰੋਜ਼ ਹੀ ਲੰਘਦੇ ਆ ਵੈਸੇ ਉਦਣ ਸਪੈਸ਼ਲ ਆਈ ਸੀ ਇਸ ਕੰਮ ਲਈ ਜਿੱਦਾਂ ਸੈਰ ਕਰਨ ਗਈ ਸੀ ਸ਼ਾਮ ਦੇ ਟਾਈਮ ਕਾਫੀ ਬੋਲੀ ਆ ਅੱਛਾ ਜੀ ਇਹਨਾਂ ਦੀ ਫੋਟੋ ਮਾਰੇ ਕਿ ਇਹ ਫੋਟੋ ਲਾਓ ਤੁਸੀਂ ਗੁਰੂਆਂ ਬਾਰੇ ਗ੍ਰੰਥ ਸਾਹਿਬ ਬਾਰੇ ਬੋਲੀ ਗੱਲ ਕਰੋ ਅੱਛਾ ਜੀ ਉਹਨਾਂ ਕੋਲ ਘਰ ਮੈਨੂੰ ਸੱਦਣ ਗਏ ਕਹਿੰਦੇ ਆਇਓ ਘਰ ਨੂੰ ਵੀ ਉੱਠਦੀ ਨਹੀਂ ਉਹ ਅੱਛਾ ਕਾਫੀ ਟਾਈਮ ਤੋਂ ਬੈਠ ਰਹੇ ਜੈਸ ਸਹੀ ਹੁੰਦਾ ਹੈ ਸਾਡਾ ਕੋਈ ਠੀਕ ਹਾਂ ਗੁਰਦਵਾਗ ਸਿੰਘ ਜੀ ਮੇਰੇ ਮਾਤਾ ਜੀ ਪਰਮਜੀਤ ਕੌਰ ਜੋ ਕਿ ਸਾਡੇ ਘਰ 15-20 ਦਿਨ ਪਹਿਲਾਂ ਮਨਜੀਤ ਕੌਰ ਆਈ ਸੀਗੀ ਅਤੇ ਧਰਮ ਪਰਿਵਰਤਨ ਸਾਡਾ ਧਰਮ ਪਰਿਵਰਤਨ ਕਹਿੰਦੀ ਸੀਗੀ ਅਤੇ ਗਲਤ ਬਹੁਤ ਬੋਲੀ
मेरा नाम गुरमीत सिंह है, मेरे फादर साहब का नाम सरदार जोगा सिंह है, पिंड मेरा कंदोला है। ये जनानी साडे घर आई है जी। केड़ी जनानी? मनजीत कौर जी। अच्छा जी। हाँ जी, वो साडे घर आए है जी, तो साडे जड़ी हुणी बीमार है, उन्हें साडे ते प्रेशर पा के कह रहे हैं जी तुसीं अपना धर्म छड्डो, सारियां गुरुआं दियां पीरां दियां जो भी तुहाडे फोटोआं लगियां उह ला दिओ, साडे नाल चर्च चलो। अच्छा। असीं तुहाडे फादर साहब दा इलाज करावांगे, ठीक हो जूगे। इस टाइम वो बैड रेस्ट ते हैगे आ, कहिंदे 2 दिनां दे विच अपने योग आपे चलण योग हो जाणगे। अच्छा जी। असीं नहीं मन्निया जी उन्हां दी कोई भी गल, असीं कहिंदे जी असीं अपने धर्म जिथे हैगे आ जी, असीं मंजूरी आ सानूं ठीक आ, जो सानूं रजा परमात्मा वल्लों जो भी होगा सानूं मंजूर आ जी, असीं अपना धर्म नहीं जी छड्ड सकदे। मतलब तुहानूं धर्म परिवर्तन ते जोर पा रही सी ना? हाँ जी हाँ जी। बीमारी दा दाना दे के? बीमारी दा हाँ जी, मोहरे मुद्दा ला के जी असीं तुहाडे पेशेंट दा इलाज करावांगे जी, साडे नाल चर्च चलो, सारा कुछ अभी करावे। थोड़े को कोई पैसे की मंग मुंग की? नहीं, पैसों की कोई मंग नहीं जी। भाजी मैं मंजू बोल रहा, मेरे को भी आई सी एक औरत, जठेरिया बारे क्या सीगा। केड़ी औरत आई सी? मनजीत कौर। अच्छा, की कहंदी तुहानू? बे जठेरे तो आप तुरे फिरदे आ, तो बे तुसी इधर नू तुरो, जिसु प्रभु कर लो। अच्छा। हाँ जी। मैं तुहानू धर्म परिवर्तन लई कहंदी? ਧਰਮ ਪਰਿਵਰਤਨ ਆਹੋ ਨਹੀਂ, ਆਹੋ ਜੋੜ ਤਾਂ ਪਾਉਂਦੇ ਸੀਗੇ। ਅੱਛਾ। ਹਾਂਜੀ। ਕੌਣ ਕੌਣ ਆਉਂਦਾ ਸੀ? ਇਹ ਇੱਕੋ ਹੀ। ਇਕੱਲੀ ਆਉਂਦੀ ਸੀ? ਇਕੱਲੀ ਆਈ ਤੁਹਾਡੇ ਕੋਲ? ਇੱਕੋ ਵਾਰੀ ਆਈ ਸੀਗੀ, ਮੈਨੂੰ ਤਾਂ ਪਤਾ ਵੀ ਨਹੀਂ ਕੌਣ ਆ ਇਹ। ਅੱਛਾ। ਕਿੰਨੀ ਵਾਰੀ ਆਈ? ਇੱਕੋ ਵਾਰੀ। ਇੱਕੋ ਵਾਰੀ। ਤੇ ਜਿਹੜਾ ਮਸਲਾ ਜੀ ਕੀ ਹੋਇਆ ਜਿਹੜਾ? ਉਹ ਸਾਡੇ ਘਰੇ ਆਈ ਆ। ਕੌਣ ਆਈ? ਕੌਣ? ਅੱਛਾ ਜੀ। ਆਈ ਆ ਗੇਟ ਖੜਾਇਆ, ਮੈਂ ਗੇਟ ਖੋਲਿਆ, ਮੈਂ ਕਿਹਾ ਹਾਂਜੀ ਭੈਣ ਜੀ ਦੱਸੋ ਕੀ ਕੰਮ ਆਏ ਆ। ਕਹਿੰਦੀ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਕਿਹਾ ਦੱਸੋ। ਕਹਿੰਦੇ ਬੈਠ ਕੇ ਦੱਸਣੀ। ਮੈਂ ਕਿਹਾ ਦੱਸੋ। ਫਿਰ ਘਰ ਅੰਦਰ ਮੈਂ ਲੈ ਗਈ, ਮੈਂ ਕਿਹਾ ਦੱਸੋ, ਅਤੇ ਬੈਠ ਗਈ ਹੈ। ਕਹਿੰਦੀ ਕਿ ਮੇਰਾ ਗੁਰੂ ਬਹੁਤ ਵਧੀਆ ਵਾ, ਤੁਸੀਂ ਉਹਨੂੰ ਮੰਨੋ। ਮੇਰੇ ਬੰਦੇ ਨੇ ਸ਼ਰਾਬ ਛੱਡਤੀ, ਸਾਡਾ ਬਹੁਤ ਜ਼ਿਆਦਾ ਕੰਮ ਆ, ਜਿਹੜੇ ਸਾਨੂੰ ਬੁਲਾਉਂਦੇ ਨਹੀਂ ਸੀ ਉਹ ਸਾਡੇ ਅੱਜ ਕੰਜਰ ਅੱਗੇ ਪਿੱਛੇ ਘੁੰਮਦੇ ਆ। ਮੈਂ ਕਿਹਾ ਭੈਣ ਜੀ ਇਹ ਸਮੇਂ ਦੀ ਗੱਲ ਹੁੰਦੀ, ਸਮੇਂ ਨਾਲ ਸਾਰਾ ਕੁਛ ਬਦਲ ਜਾਂਦਾ। ਉਸ ਤੋਂ ਬਾਅਦ ਇਹ ਕਹਿੰਦੀ ਤੁਹਾਡੇ ਗ੍ਰੰਥ 'ਚ ਕੀ ਆ? ਮੈਂ ਕਿਹਾ ਕਿਹੜੇ ਗ੍ਰੰਥ ਦੀ ਗੱਲ ਕਰਦੀ ਹਾਂ? ਕਹਿੰਦੀ ਜਿਹੜਾ ਗੁਰਦੁਆਰਿਆਂ 'ਚ ਆ। ਮੈਂ ਕਿਹਾ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਆ, ਉਹਦੇ 'ਚ 10 ਗੁਰੂਆਂ ਦੀ ਬਾਣੀ ਆ, ਭਗਤਾਂ ਦੀ ਬਾਣੀ ਆ, ਬਾਬਾ ਫਰੀਦ ਜੀ ਦੀ ਬਾਣੀ ਆ, ਗੁਰੂ ਰਵਿਦਾਸ ਜੀ ਦੀ ਬਾਣੀ ਆ। ਕਹਿੰਦੀ ਕਿਹੜਾ ਨਾਨਕ, ਕਿਹੜਾ ਗੋਬਿੰਦ, ਕਿਹੜਾ ਰਵੀ? ਉਸ ਤੋਂ ਬਾਅਦ ਮੈਂ ਇਹਨੂੰ ਗਾਲਾਂ ਕੱਢੀਆਂ ਵਾਂ। ਮੈਂ ਕਿਹਾ ਮੇਰੇ ਘਰੋਂ ਉੱਠ ਕੇ ਚੱਲ ਜਾ, ਇਹ ਮੇਰੇ ਘਰੋਂ ਨਹੀਂ ਗਈ, ਮੈਂ ਗੇਟ 'ਚੋਂ ਬਾਹਰ ਚਲੀ ਗਈ ਹਾਂ। ਫਿਰ ਮੈਂ 10 ਮਿੰਟ ਬਾਅਦ ਆਈ, ਮੈਂ ਕਿਹਾ ਭੈਣ ਜੀ ਮੇਰੇ ਘਰ 'ਚੋਂ ਤੁਸੀਂ ਚੱਲ ਜਾਓ, ਗੱਲ ਨਾ ਵਧਾਓ। ਇਹ ਫਿਰ ਨਹੀਂ ਉੱਠੀ। ਮੈਂ ਕਿਹਾ ਭੈਣ ਜੀ ਤੁਸੀਂ ਸਾਰੀ ਉਮਰ ਬੱਲਾਂ ਵਾਲਿਆਂ ਨੂੰ ਮੰਨਦੇ ਰਹਿੰਦੇ ਆ, ਹੁਣ ਤੁਸੀਂ ਦੂਜਾ ਖਸਮ ਕਰ ਲਿਆ। ਕਹਿੰਦੀ ਬੱਲਾਂ ਵਾਲੇ ਕੰਜਰ ਦੇ ਕੋਲ ਕੀ ਆ? ਮੈਂ ਆਖਿਆ ਕਿ ਭੈਣ ਜੀ ਉੱਠ ਕੇ ਮੇਰੇ ਘਰੋਂ ਬਾਹਰ ਚੱਲ ਜਾਓ। ਇਹ ਫਿਰ ਨਹੀਂ ਗਏ। ਫਿਰ ਮੈਂ ਗੁਆਂਢੋ ਇੱਕ ਜਨਾਨੀ ਨੂੰ ਲੈ ਕੇ ਆਈ ਹਾਂ। ਉਸ ਤੋਂ ਬਾਅਦ ਇਹ ਜਨਾਨੀ ਆਣ ਕੇ ਉਹ ਵੀ ਬੋਲੀ ਕਿ ਤੂੰ ਸਾਡੇ ਘਰਾਂ 'ਚ ਕੀ ਕਰਨ ਆਉਂਦੀ? ਅਸੀਂ ਜਦੋਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੇ ਘਰਾਂ 'ਚ ਨਹੀਂ ਆਉਣਾ। ਪਰ ਉਸ ਤੋਂ ਬਾਵਜੂਦ ਫਿਰ ਵੀ ਕਹਿੰਦੀ ਜਿਹਦੇ 'ਚ ਹਿੰਮਤ ਆ ਮੈਨੂੰ ਡੱਕ ਕੇ ਦਿਖਾ ਲਏ, ਮੈਂ ਪ੍ਰਚਾਰ ਇੱਦਾਂ ਹੀ ਕਰਨਾ। ਮੈਂ ਕਿਹਾ ਸਾਡਾ ਵੀ ਗੁਰੂ ਗੋਬਿੰਦ ਸਿੰਘ ਸਾਨੂੰ ਪੈਦਾ ਕਰ ਗਿਆ ਤੇਰੇ ਵਰਗੀਆਂ ਨੂੰ ਡੱਕਣ ਲਈ। ਫਿਰ ਮੇਰੇ ਗੇਟ ਤੱਕ ਬੋਲਦੀ ਗਈ ਆ, ਆਪਾਂ ਕੁਛ ਨਹੀਂ ਕਿਹਾ। ਫਿਰ ਵੀ ਕਿ ਸਾਡੇ ਪਿੰਡ ਦੀ ਨੌਂਤੀ ਆ, ਸਾਥੋਂ ਬੜੀ ਆ, ਸੱਦ ਕੇ ਮੈਂ ਸਾਰਾ ਕੁਛ ਆਪਦੇ ਘਰ ਹੀ ਨੂੰ ਕਰ ਸਕਦੀ ਸੀ। ਮੈਂ ਇਹਨੂੰ ਕੁਛ ਨਹੀਂ ਕਿਹਾ, ਮੈਂ ਪੰਚਾਇਤ 'ਚ ਪਰਚਾ ਦਿੱਤਾ, ਇਹ ਪੰਚਾਇਤ 'ਚ ਨਹੀਂ ਆਈ।
ਹੁਣ ਮੈਂ ਥਾਣੇ ਪਰਚਾ ਦੇ ਕੀ ਕੀ ਬੋਲਦੀ ਗੁਰੂਆਂ ਬਾਰੇ ਕੀ ਕੀ ਬੋਲਦੀ ਆ ਬਸ ਇਹ ਕਹਿੰਦੀ ਆ ਤੁਹਾਡੇ ਅੱਗ ਲੱਗੇ ਗੁਰਦੁਆਰਿਆਂ 'ਚ ਕੀ ਆ ਮੈਂ ਕਿਹਾ ਗੁਰਦੁਆਰਿਆਂ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਸੀ ਸਾਰੇ ਜਗ੍ਹਾ ਲੰਗਰ ਲਾਏ ਗੁਰਦੁਆਰੇ ਵਾਲਿਆਂ ਨੇ ਆਕਸੀਜਨਾਂ ਦਿੱਤੀਆਂ ਹਰ ਇੱਕ ਕੰਮ ਕੀਤਾ ਜੇ ਤੁਹਾਡੇ ਕ੍ਰਿਸ਼ਨਾ ਨੇ ਦਸਾਂ ਬੰਦਿਆਂ ਨੂੰ ਵੀ ਰੋਟੀ ਖਵਾਈ ਆ ਤੁਸੀਂ ਮੈਨੂੰ ਦੱਸੋ ਮੈਂ ਤੁਹਾਡਾ ਧਰਮ ਅਪਣਾਉਂਗੀ ਪਰ ਇਹ ਬੋਲੀ ਨਹੀਂ ਕਹਿੰਦੀ ਸਾਡੇ ਗੁਰੂ ਤੋਂ ਉੱਚਾ ਕੋਈ ਗੁਰੂ ਨਹੀਂ ਗਾ ਬਸ ਇਹ ਬੋਲੀ ਆ ਕਿਹੜਾ ਗੋਬਿੰਦ ਕਿਹੜਾ ਨਾਨਕ ਕਿਹੜਾ ਰਵੀ ਮੈਂ ਗਾਲਾਂ ਕੱਢੀਆਂ ਮੈਂ ਕਿਹਾ ਮੇਰੇ ਗੇਟੋਂ ਬਾਹਰ ਚੱਲ ਗਏ ਬਸ ਇਸ ਤੋਂ ਬਾਅਦ ਕੋਈ ਗੱਲ ਨਹੀਂ ਕੀ ਨਾਮ ਜੀ ਬਾਪਾ ਜੀ ਆਪਣਾ ਹਾਂਜੀ ਕਿਹੜਾ ਪਿੰਡ ਜੀ ਅੱਛਾ ਜੀ ਤੇ ਹੁਣ ਦੱਸੋ ਕੀ ਹੋਇਆ ਤੁਹਾਡੇ ਨਾਲ ਕੀ ਮੇਨ ਗਲੀ ਚ ਜਿਹਨੇ ਸਾਡੇ ਘਰ ਨਾਲ ਇੱਕ ਗਲੀ ਜਾਂਦੀ ਹੈ ਹਾਂਜੀ ਤੇ ਉੱਥੇ ਗਈ ਤਾਂ ਮੈਂ ਜਾਣੀ ਕੌਣ ਗਈ ਜੀ ਇਹ 4-5 ਜਣੀਆਂ ਸੀਗੀਆਂ ਅੱਛਾ ਜੀ ਹੁਣ ਇਹ ਗਈ ਉਹਨਾਂ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਅੱਛਾ ਜੀ ਤੇ ਜਿਹਨੇ 4-5 ਜਣੀਆਂ ਗਈਆਂ ਇਹ ਉਹਦਾ ਮੈਂ ਅੰਦਰ ਬੈਠਾ ਮੈਂ ਮਾਤਰ ਜਾਣੀ ਜਿਹਨੇ ਉਹ ਜਾਲੀ ਵਾਲੇ ਦਰਵਾਜ਼ੇ 'ਤੇ ਨਹੀਂ ਦੇਖਿਆ ਮੈਨੂੰ ਹੁਣ ਕੀ ਪਤਾ ਸੀ ਮੈਂ ਉੱਠ ਕੇ ਛੋਟੇ ਕਮਰੇ 'ਚ ਬਹਿ ਗਿਆ ਮੈਂ ਕਿਹਾ ਜਨਾਨੀ ਆਇਆ ਕਿ ਮੈਨੂੰ ਬੁੜੀਆਂ ਬਾਹਰ ਬੈਠੀਆਂ ਕਿ ਆਪਾਂ ਇਹਨਾਂ ਨਾਲ ਗੱਲ ਕਰ ਲੈਣੀ ਹੈ ਹਾਂਜੀ ਗੱਲਾਂ ਗੁੱਲਾਂ ਕੀਤੀਆਂ ਜਾਣੀ ਉਹਨੇ 2-4 ਅਤੇ ਕੀ ਕਿਹਾ ਤੁਹਾਨੂੰ ਆਣ ਕੇ ਕਿਤੇ ਮਤਲਬ ਇੰਨਾ ਜ਼ਿਆਦਾ ਜਾਣੀ ਬੁੜੀਆਂ ਨੂੰ ਪਤਾ ਅੱਛਾ ਅਤੇ ਉਹ ਕਿਤੇ ਘਰ ਵਾਲੀ ਕਹਿੰਦੀ ਵੀ ਸਾਨੂੰ ਦੁੱਖ ਨਹੀਂ ਪਿਆ ਜੀ ਬੂਟੀ ਨੂੰ ਆਪੇ ਠੀਕ ਇੱਥੇ ਤਾਂ ਬਾਅਦ ਵਿੱਚ ਜਿਹੜੇ 10-15 ਮਿੰਟ ਜਿੱਦਾਂ ਹੁਣ ਆਈਆਂ ਜਾਣੀ ਪਹਿਲਾਂ ਆਉਂਦੇ ਬੰਦੇ ਨੂੰ ਬੰਦਾ ਪਤਾ ਨਹੀਂ ਚਾਹ ਬਣਾਈ ਹੋਣੀ ਕਿ ਠੰਡਾ ਬਣਾਇਆ ਅਤੇ ਬਾਅਦ ਵਿੱਚ ਜਿਹਨੇ ਜਾਣੀ ਉੱਠ ਕੇ ਚਲੇ ਗਈਆਂ ਨਾ ਥੋੜ੍ਹੇ ਚਿਰ ਬਾਅਦ ਫਿਰ ਮੈਂ ਘਰ ਵਾਲੀ ਨੂੰ ਪੁੱਛਿਆ ਮੈਂ ਕਿਹਾ ਕੀ ਕਰਨ ਆਈਆਂ ਜੀ ਕਹਿੰਦੀ ਉਹ ਇੱਦਾਂ ਹੀ ਮੈਂ ਕਿਹਾ ਤੁਸੀਂ ਮੈਨੂੰ ਆਉਂਦੇ ਦੱਸ ਦਿਆਂ ਅਤੇ ਇਸ ਕੰਮ ਆਈਆਂ ਵੀ ਕਿੱਦਾਂ ਕਰੀਏ ਕੀ ਦੱਸਿਆ ਘਰ ਵਾਲੀ ਨੇ ਤੁਹਾਨੂੰ ਉਹਨਾਂ ਨੂੰ ਇਹ ਮਗਰ ਜਾਣੀ ਕਹਿੰਦੀਆਂ ਵੀ ਬੂਟੀ ਵੀ ਸਾਡੇ ਨਾਲ ਭੇਜੋ ਅਸੀਂ ਉੱਥੇ ਲੈ ਜਾਂਦੇ ਤੋ ਠੀਕ ਕਰਾ ਕੇ ਮੈਂ ਕਿਹਾ ਤੁਸੀਂ ਮੈਨੂੰ ਦੱਸ ਦਿਆਂ ਮੈਂ ਉਹਨਾਂ ਨੂੰ ਪੁੱਛਦਾ ਵੀ ਪਿੰਡ 'ਚ ਕਿੰਨੇ ਬੰਦੇ ਠੀਕ ਕੀਤੇ ਤੁਸੀਂ ਉਹਨਾਂ ਤੋਂ ਬਾਅਦ ਉਹ ਮਗਰ ਚਲੇ ਗਈਆਂ ਸੀ ਬਾਅਦ ਦੀ ਗੱਲ ਹੈ ਅੱਛਾ ਹਾਂਜੀ